ਮੰਤਰੀ ਮਨਪ੍ਰੀਤ ਬਾਦਲ ਨੇ ਰੋਪੜ ਵਿਖੇ ਸਪੀਕਰ ਰਾਣਾ ਦੀ ਕੋਠੀ ਵਿੱਚ ਅੱਧਾ ਘੰਟਾ ਗੁਪਤ ਮੀਟਿੰਗ ਕੀਤੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਦੁਪਹਿਰ ਸਮੇਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੀ ਰਿਹਾਇਸ਼ ਤੇ ਪੁੱਜੇ। ਇਸ ਦੌਰਾਨ ਲਗਭਗ ਅੱਧਾ ਘੰਟਾ ਦੋਵਾਂ ਵਿਚਕਾਰ ਮੀਟਿੰਗ ਹੋਈ, ਜਿਸ ਤੋਂ ਬਾਅਦ ਵਕੀਲਾਂ ਦੇ ਇੱਕ ਵਫਦ ਨੇ ਮਨਪ੍ਰੀਤ ਬਾਦਲ ਦੇ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਗੁਪਤ ਰੱਖੀ ਗਈ ਸੀ। ਮਨਪ੍ਰੀਤ ਬਾਦਲ ਤੇ ਰਾਣਾ ਕੇਪੀ ਸਿੰਘ ਨੇ ਇਸ ਮੀਟਿੰਗ ਸੰਬੰਧੀ ਕੋਈ ਗੱਲਬਾਤ ਨਹੀਂ ਕੀਤੀ। ਜਦਕਿ ਸ਼੍ਰੀ ਅਨੰਦਪੁਰ ਸਾਹਿਬ ਬਾਰ ਕੌਂਸਲ ਦੇ ਵਕੀਲ ਸਚਿਨ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਅਦਾਲਤੀ ਕੰਪਲੈਕਸ ਵਿੱਚ ਵਕੀਲਾਂ ਦੇ ਚੈਂਬਰਾਂ ਅਤੇ ਹੋਰ ਸਮੱਸਿਆਵਾਂ ਸੰਬੰਧੀ ਮੰਗਾਂ ਰੱਖੀਆਂ ਗਈਆਂ, ਜਿਸ ਦੇ ਲਈ ਮਨਪ੍ਰੀਤ ਬਾਦਲ ਨੇ 50 ਲੱਖ ਰੁਪਏ ਦੇਣ ਦੀ ਗੱਲ ਕਹੀ ਹੈ। ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਦਾ ਵਫਦ ਖਜ਼ਾਨਾ ਮੰਤਰੀ ਜੀ ਨੂੰ ਮਿਲਿਆ ਹੈ, ਕਿਉਂਕਿ ਸਾਡੀ ਬਾਰ ਦੇ ਵਿੱਚ ਬਹੁਤ ਔਕੜਾਂ ਸੀਗੀਆਂ, ਜਿਵੇਂ ਸਾਡੇ ਕੋਲ ਚੈਂਬਰਾਂ ਦੀ ਘਾਟ ਸੀਗੀ, ਸਾਡੇ ਬਾਰ ਰੂਮ ਦਾ ਕੁਝ ਕੰਮ ਹੋਣ ਵਾਲਾ ਸੀਗਾ ਔਰ ਕਾਫੀ ਸਾਨੂੰ ਸਹੂਲਤਾਂ ਘੱਟ ਸੀਗੀਆਂ ਉੱਥੇ। ਉਹਦੇ ਰਿਗਾਰਡਿੰਗ ਅਸੀਂ ਖਜ਼ਾਨਾ ਮੰਤਰੀ ਜੀ ਨੂੰ ਮਿਲੇ ਹਾਂ ਅਤੇ ਅਸੀਂ ਤਾਂ ਉਹਨਾਂ ਨੂੰ ਡਿਮਾਂਡ ਘੱਟ ਕਰ ਪਾਏ ਹਾਂ, ਪਰ ਉਹਨਾਂ ਨੇ ਸਾਡੀ ਡਿਮਾਂਡ ਤੋਂ ਵੱਧ ਸਾਨੂੰ 50 ਲੱਖ ਰੁਪਇਆ ਅਨੰਦਪੁਰ ਸਾਹਿਬ ਬਾਰ ਨੂੰ ਦੇਣ ਦਾ ਅਨਾਊਂਸ ਕੀਤਾ ਹੈ, ਜਿਹੜਾ ਕਿ ਸਾਡੇ ਚੈਂਬਰਾਂ ਅਤੇ ਜਿੰਨੇ ਸਾਡੇ ਉੱਥੇ ਪੈਂਡਿੰਗ ਕੰਮ ਹੈ ਉਹਨਾਂ ਦੇ ਵਾਸਤੇ ਉਹਨਾਂ ਨੇ ਦਿੱਤਾ। ਉਹਦੇ ਲਈ ਮੈਂ ਆਪਣੇ ਸਪੀਕਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਡੀ ਮੰਗ ਤੋਂ ਦੁੱਗਣਾ ਤਿੱਗਣਾ ਸਾਨੂੰ ਮੰਤਰੀ ਜੀ ਤੋਂ, ਖਜ਼ਾਨਾ ਮੰਤਰੀ ਜੀ ਤੋਂ ਦਵਾਇਆ।